ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅਤੇ ਵੈਲਕਮ ਬੈਕ ਟੂ ਮਾਈ ਚੈਨਲ ਆਪਣੇ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਲੌਂਗ ਟਾਈਮ ਹੋ ਗਿਆ ਆਪਣੇ ਵੀਡੀਓ ਅਪਲੋਡ ਕੀਤੀਆਂ ਨੂੰ ਜੀ ਅਤੇ ਕਿਉਂਕਿ ਆਪਾਂ ਇੱਕ ਫਿਨਿਸ਼ਿੰਗ ਦਾ ਕੰਮ ਥੋੜ੍ਹਾ ਸ਼ੁਰੂ ਕੀਤਾ ਅਤੇ ਇੱਕ ਆਪਣੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਸਰਜਰੀ ਸੀਗੀ ਅਤੇ ਹੌਲੀ ਹੌਲੀ ਰਿਕਵਰੀ ਹੋ ਰਹੀ ਆ ਅਤੇ ਆਪਣੇ ਡਿਮਾਂਡ ਸੀਗੀ ਜੀ ਕਾਫੀ ਬੇਸਣ ਦੀ ਰੈਸਪੀ ਦੀ ਬੇਸਣ ਦੀ ਬਰਫੀ ਅੱਜ ਆਪਾਂ ਬਣਾਵਾਂਗੇ ਪੰਜਾਬੀ ਸਟਾਈਲ ਦੇ ਵਿੱਚ ਬੇਸਣ ਜਿਹੜਾ ਆਪਾਂ ਸਾਰੇ ਜਣੇ ਬਹੁਤ ਪਸੰਦ ਕਰਦੇ ਹਾਂ ਅੱਜ ਬੇਸਣ ਦੀ ਰੈਸਪੀ ਤੁਹਾਡੇ ਨਾਲ ਸਾਰੀ ਸ਼ੇਅਰ ਕਰਾਂਗੇ ਅਤੇ ਆ ਜਾਓ ਫਿਰ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਇਹਦੇ ਵਿੱਚ ਕਿੰਨੀ ਕਿੰਨੀ ਕੁਆਂਟਿਟੀ ਦੇ ਵਿੱਚ ਆਪਾਂ ਕੀ ਪਾਵਾਂਗੇ ਆ ਜਾਓ ਫਿਰ ਕਰੀਏ ਸਟਾਰਟ ਹਾਂਜੀ ਆ ਜਾਓ ਫਿਰ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਇਹਦੇ ਲਈ ਆਪਾਂ 4 ਕੱਪ ਆਪਾਂ ਬੇਸਣ ਦੇ ਲਵਾਂਗੇ ਜੀ ਅਤੇ 1.5 ਕੱਪ ਆਪਾਂ ਖੰਡ ਲਈ ਆ ਆਪਾਂ ਖੰਡ ਜਿਹੜੀ ਆ ਮੋਟੀ ਵਾਲੀ ਲੈਣੀ ਹੈ ਜੀ ਤੁਸੀਂ ਦੇਖ ਸਕਦੇ ਹਾਂ ਆਪਾਂ ਬਰੀਕ ਖੰਡ ਨਹੀਂ ਲੈਣੀ ਇਹ ਖੰਡ ਆਪਾਂ ਇਸ ਖੰਡ ਦੀ ਚਾਸਣੀ ਕਹਿ ਸਕਦੇ ਹਾਂ ਚਾਹਣੀ ਕਹਿ ਸਕਦੇ ਪੰਜਾਬੀ ਦੇ ਵਿੱਚ ਬਣਾਵਾਂਗੇ ਅਤੇ ਅੱਧੇ ਨਾਲ ਥੋੜ੍ਹਾ ਕੱਪ ਆਪਾਂ ਸੂਜੀ ਦਾ ਲਿਆ ਜੀ 1 ਕੱਪ ਪਾਣੀ ਦਾ ਲਿਆ ਇਹ ਤੁਸੀਂ ਦੇਖ ਸਕਦੇ ਹਾਂ ਸੇਮ ਕੱਪ ਆਪਾਂ ਬੇਸਣ ਦੇ 4 ਕੱਪ ਸੇਮ ਸਾਈਜ਼ ਦਾ ਕੱਪ ਲਿਆ ਹੈਗਾ ਅਤੇ ਸ਼ੂਗਰ ਲਈ ਵੀ ਆਪਾਂ 1.5 ਕੱਪ ਸੇਮ ਕੱਪ ਦਾ ਯੂਜ਼ ਕੀਤਾ ਹੈਗਾ ਅਤੇ 1 ਆਪਾਂ ਲਵਾਂਗੇ ਯੈਲੋ ਫੂਡ ਕਲਰ ਮੈਂ ਕਿਸਾਨ ਦਾ ਲਿਆ ਤੁਸੀਂ ਵੀ ਜਿਹੜੇ ਵੀ ਮਰਜ਼ੀ ਬ੍ਰਾਂਡ ਦਾ ਲੈ ਸਕਦੇ ਹਾਂ ਇਹ ਆਪਾਂ ਚਾਣੀ ਦੇ ਵਿੱਚ ਪਾਵਾਂਗੇ ਇਹਦੇ ਨਾਲ ਬੇਸਣ ਦਾ ਕਲਰ ਜਿਹੜਾ ਬਹੁਤ ਸੋਹਣਾ ਬਣਦਾ ਜੀ ਅਤੇ 4 ਕੱਪ ਬੇਸਣ ਦੇ ਵਿੱਚ ਆਪਾਂ 2 ਕੱਪ ਆਪਾਂ ਦੇਸੀ ਘਿਓ ਦੇ ਲਏ ਆ ਜੀ ਆਪਾਂ ਬਟਰ ਨੂੰ ਮੈਲਟ ਕਰਕੇ ਦੇਸੀ ਘਿਓ ਬਣਾਇਆ ਇਹ 2 ਕੱਪ ਲਏ ਹੈਗੇ ਆ ਅਤੇ ਇੱਧਰ ਆਪਾਂ ਰੱਖਿਆ ਹੈਗਾ ਜੀ ਫਰਾਈ ਪੈਨ ਅਤੇ ਇਹਦੇ ਵਿੱਚ ਆਪਾਂ ਚਾਸਣੀ ਬਣਾਵਾਂਗੇ ਸੋ ਆਪਾਂ ਪਹਿਲਾਂ ਚਾਣੀ ਨੂੰ ਬਣਨਾ ਸਟਾਰਟ ਕਰ ਦਿੰਦੇ ਹਾਂ ਜੀ ਆਪਾਂ ਜਿਹੜੀ ਸ਼ੂਗਰ ਆ ਆਪਾਂ ਇਹਦੇ ਵਿੱਚ ਪਾ ਦਿੱਤੀ ਹੈ ਜੀ ਤੁਸੀਂ ਦੇਖ ਸਕਦੇ ਹਾਂ ਅਤੇ 1 ਕੱਪ ਪਾਣੀ ਦਾ ਇਹਦੇ ਵਿੱਚ ਐਡ ਕਰਕੇ ਅਤੇ ਆਪਾਂ ਗੈਸ ਕਰ ਦੇਵਾਂਗੇ ਹਾਈ ਫਲੇਮ 'ਤੇ ਅਤੇ ਆਪਣੀ ਹੋ ਗਈ ਹੈ ਜੀ ਚਾਣੀ ਬਣਨੀ ਸਟਾਰਟ ਇੱਧਰ ਹੁਣ ਆਪਾਂ ਗੈਸ ਨੂੰ ਦੂਸਰੇ ਗੈਸ ਨੂੰ ਵੀ ਔਨ ਕਰ ਲਵਾਂਗੇ ਅਤੇ ਆਪਣਾ ਜਦੋਂ ਥੋੜ੍ਹਾ ਜਿਹਾ ਆਪਣਾ ਦੇਸੀ ਘਿਓ ਗਰਮ ਹੁੰਦਾ ਫਿਰ ਆਪਾਂ ਇਹਦੇ ਵਿੱਚ ਸੂਜੀ ਅਤੇ ਬੇਸਣ ਦੋਨੇ ਚੀਜ਼ਾਂ ਆਪਾਂ ਇਕੱਠੀਆਂ ਪਾ ਦੇਵਾਂਗੇ ਹਾਂਜੀ ਲਓ ਜੀ ਆਪਾਂ 1 ਪਿੰਚ ਇਹਦਾ ਫੂਡ ਕਲਰ ਦਾ ਆਪਾਂ ਇਹਦੇ ਵਿੱਚ ਐਡ ਕਰ ਦਿੱਤਾ ਅਤੇ ਆਪਾਂ ਇਹਨੂੰ ਕਰ ਦੇਵਾਂਗੇ ਮਿਕਸ ਸੀ ਕਲਰ ਦੇਖ ਸਕਦੇ ਹਾਂ ਕਲਰ ਆਪਣੇ ਕਰਨ ਤੋਂ ਬਾਅਦ 'ਚ ਮਿਕਸ ਕਰਨ ਤੋਂ ਬਾਅਦ 'ਚ ਕਾਫੀ ਵਧੀਆ ਹੋ ਗਿਆ ਇਹਦਾ ਹੁਣ ਆਪਾਂ ਆ ਜਾਓ ਕਰਦੇ ਹਾਂ ਬੇਸਣ ਨੂੰ ਸਟਾਰਟ ਆਪਣਾ ਘਿਓ ਜਿਹੜਾ ਗਰਮ ਹੋ ਗਿਆ ਜੀ ਆਪਾਂ ਹੁਣ ਇਹਦੇ ਵਿੱਚ ਬੇਸਣ ਅਤੇ ਸੂਜੀ ਨੂੰ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਮਿਕਸ ਕਰ ਦੇਵਾਂਗੇ ਅਤੇ ਇਸ ਨੂੰ ਤੁਸੀਂ ਬਹੁਤ ਖਿਆਲ ਰੱਖਣਾ ਜੀ ਜਦੋਂ ਵੀ ਆਪਾਂ ਬੇਸਣ ਭੁੰਨਣਾ ਆ ਆਪਾਂ ਜਦੋਂ ਵੀ ਇਹ ਬੇਸਣ ਭੁੰਨਣਾ ਆ ਤੁਸੀਂ ਕੋਸ਼ਿਸ਼ ਕਰਨੀ ਆ ਲੋ ਫਲੇਮ ਦੇ ਉੱਪਰ ਆਪਾਂ ਬੇਸਣ ਨੂੰ ਕੁੱਕ ਕਰਾਂਗੇ ਮੀਡੀਅਮ ਫਲੇਮ ਦੇ ਉੱਪਰ ਵੀ ਕੁੱਕ ਨਹੀਂ ਕਰਨਾ ਤਾਂ ਕਿ ਬੇਸਣ ਆਪਣਾ ਬਰਨ ਨਾ ਹੋਵੇ ਇੱਕ ਤਾਂ ਲੋ ਫਲੇਮ ਦੇ ਨਾਲ ਭੁੰਨਣ ਦੇ ਨਾਲ ਆਪਣਾ ਬੇਸਣ ਬਹੁਤ ਜ਼ਿਆਦਾ ਵਧੀਆ ਭੁੱਜਦਾ ਅਤੇ ਬਹੁਤ ਸਵਾਦ ਬਣਦਾ ਜੀ ਤੁਸੀਂ ਦੇਖ ਸਕਦੇ ਹਾਂ ਹੁਣ ਆਪਾਂ ਇਹਨੂੰ ਸਾਰੇ ਨੂੰ ਘਿਓ ਦੇ ਵਿੱਚ ਕਰ ਲਵਾਂਗੇ ਮਿਕਸ ਚੰਗੀ ਤਰ੍ਹਾਂ ਜੀ ਅਤੇ ਇਹਨੂੰ ਬਸ ਹੌਲੀ ਹੌਲੀ ਇਸੇ ਤਰੀਕੇ ਨਾਲ ਆਪਾਂ ਭੁੰਨੀ ਜਾਵਾਂਗੇ ਲਓ ਜੀ ਅੱਜ ਤੁਸੀਂ ਦੇਖ ਸਕਦੇ ਹਾਂ ਆਪਣੇ ਭੂਪੇ ਹਲਵਾਈ ਵਾਂਗੂ ਖੁਰਪਾ ਚੱਲਦਾ ਤੁਸੀਂ ਦੇਖੋ ਇਹ ਵੀ ਆਪਣੇ ਪ੍ਰਾਹੁਣਾ ਸਾਹਿਬ ਨੇ ਖੁਰਪਾ ਬਣਾਇਆ ਜੀ ਇੱਥੇ ਮਾਰ ਵੀ ਮਾੜਾ ਜਿਹਾ ਕੈਮਰਾ ਚੰਗੀ ਤਰ੍ਹਾਂ ਇਹ ਕੰਮ 'ਤੇ ਬਣਾਇਆ ਜੀ ਆਪਣਾ ਦੇਸੀ ਆਹ ਦੇਖ ਲਓ ਤੁਹਾਨੂੰ ਦਿਖਾ ਦਿੰਦੇ ਹਾਂ ਲੱਕੜ ਦਾ ਖੁਰਪਾ ਬਣਾਇਆ ਆਪ ਅੱਛਾ ਜੀ ਹੁਣ ਤੁਸੀਂ ਦੇਖ ਸਕਦੇ ਹਾਂ ਆਪਣੇ ਬੇਸਣ ਨੇ ਘਿਓ ਛੱਡ ਦਿੱਤਾ ਜੀ ਹਾਲੇ ਆਪਾਂ ਥੋੜ੍ਹਾ ਜਿਹਾ ਹੋਰ ਬਰਾਊਨ ਕਰਾਂਗੇ ਅਤੇ ਬੇਸਣ ਆਪਣਾ ਭੁੱਜ ਲਿਆ ਜੀ ਬਸ ਆਪਣੇ 5 ਕੁ ਮਿੰਟ ਹੋ ਗਏ ਜੀ ਆਪਾਂ ਨੂੰ ਲੋ ਫਲੇਮ 'ਤੇ ਭੁੰਨਦੇ ਨੂੰ 5 ਤੋਂ 7 ਮਿੰਟ ਹੋ ਗਏ ਆ ਅਤੇ ਆਪਾਂ 2 ਕੁ ਮਿੰਟ ਹੋਰ ਅਪਰੋਕਸੀਮੇਟਲੀ ਲੋ ਫਲੇਮ 'ਤੇ 10 ਕੁ ਮਿੰਟ ਦੇ ਵਿੱਚ ਬੇਸਣ ਸੋਹਣਾ ਭੁੱਜ ਜਾਂਦਾ ਜੀ ਅਤੇ ਜਦੋਂ ਕੰਪਲੀਟ ਹੁੰਦਾ ਇੱਕ ਵਾਰੀ ਅਤੇ ਤੁਹਾਨੂੰ ਮੈਂ ਦਿਖਾਉਣਾ ਅਤੇ ਇੱਧਰ ਆਪਣੀ ਚਾਹਣੀ ਜਿਹੜੀ ਆ ਉਹ ਵੀ ਬਣ ਚੱਲੀ ਹੈ ਜੀ ਹਾਲੇ ਥੋੜ੍ਹਾ ਜਿਹਾ ਇਹਨੂੰ ਹੋਰ ਕੁੱਕ ਕਰਾਂਗੇ ਆਪਾਂ 1 ਤਾਰ ਦੀ ਚਾਸਣੀ ਬਣਾਵਾਂਗੇ ਜਦੋਂ ਆਪਾਂ ਫਿੰਗਰ ਦੇ ਨਾਲ ਲਾ ਕੇ ਟੱਚ ਕਰਾਂਗੇ ਤਾਂ 1 ਤਾਰ ਚਾਸਣੀ ਦੀ ਬਣਨੀ ਚਾਹੀਦੀ ਆ ਜਦੋਂ ਬਣੂਗੀ ਫਿਰ ਆਪਾਂ ਤੁਹਾਡੇ ਨਾਲ ਕਰਦੇ ਹਾਂ ਸ਼ੇਅਰ ਹਾਂਜੀ ਲਓ ਜੀ ਤੁਸੀਂ ਦੇਖ ਸਕਦੇ ਹਾਂ ਬੇਸਣ ਨੇ ਚੰਗੀ ਤਰ੍ਹਾਂ ਘਿਓ ਜਿਹੜਾ ਛੱਡ ਦਿੱਤਾ ਅਤੇ ਬਰਾਊਨ ਹੋ ਗਿਆ ਬੇਸਣ ਆਪਣਾ ਭੁੱਜ ਗਿਆ ਜੀ ਇੱਧਰ ਆਪਣੀ ਚਾਸਣੀ ਵੀ ਬਣ ਕੇ ਰੈਡੀ ਹੋ ਗਈ ਹੈ ਜੀ ਇਹਦੇ ਵਿੱਚ ਆਪਾਂ ਇਲਾਇਚੀ ਪਾਊਡਰ ਵੀ ਪਾਇਆ ਥੋੜ੍ਹਾ ਜਿਹਾ ਹਰੀਆਂ ਇਲਾਇਚੀਆਂ ਕੁੱਟ ਕੇ ਪਾਈਆਂ ਹੋਈਆਂ ਵਿੱਚ
ਇਹਦੇ ਨਾਲ ਹੋਰ ਇਹਦਾ ਟੇਸਟ ਵਧੀਆ ਹੋ ਜਾਂਦਾ। ਅਤੇ ਆਪਣੀ ਇੱਕ ਤਾਰ ਦੀ ਚਾਸਣੀ ਬਣ ਗਈ ਹੈ ਜੀ। ਲਓ ਜੀ ਤੁਸੀਂ ਦੇਖ ਸਕਦੇ ਹਾਂ ਇਸ ਤਰ੍ਹਾਂ ਆਪਣੀ ਇੱਕ ਤਾਰ ਬਣਨੀ ਚਾਹੀਦੀ ਆ ਚਾਸਣੀ ਦੀ। ਅਤੇ ਜਦੋਂ ਇੱਕ ਤਾਰ ਬਣਨ ਲੱਗ ਗਈ ਸਮਝ ਲਓ ਆਪਣੀ ਚਾਸਣੀ ਰੈਡੀ। ਹਾਂਜੀ ਹੁਣ ਆਪਾਂ ਬੇਸਣ ਨੂੰ ਅਤੇ ਆਪਣੀ ਚਾਸਣੀ ਨੂੰ ਦੋਨਾਂ ਨੂੰ ਆਪਾਂ ਠੰਡਾ ਹੋਣ ਲਈ ਰੱਖ ਦੇਵਾਂਗੇ ਜੀ 10-15 ਮਿੰਟ ਲਈ। ਜਦੋਂ ਇਹ ਰੂਮ ਟੈਂਪਰੇਚਰ ਹੋ ਜੂਗਾ ਦੋਨਾਂ ਦਾ ਫਿਰ ਆਪਾਂ ਇਹਨਾਂ ਨੂੰ ਕਰਦੇ ਹਾਂ ਮਿਕਸ। ਹਾਂਜੀ ਲਓ ਜੀ ਫਿਰ ਆ ਜਾਓ ਦੋਨੇ ਚੀਜ਼ਾਂ ਆਪਣੀਆਂ ਠੰਡੀਆਂ ਹੋ ਗਈਆਂ ਅਤੇ ਆਪਾਂ ਇਸ ਤਰ੍ਹਾਂ ਚਾਹਣੀ ਥੋੜ੍ਹੀ ਥੋੜ੍ਹੀ ਕਰਕੇ ਵਿੱਚ ਪਾਈ ਜਾਣੀ ਹੈ ਜੀ। ਲਓ ਜੀ ਆਪਾਂ ਕਰਤਾ ਇਹਨੂੰ ਮਿਕਸ ਸਾਰੇ ਨੂੰ। ਲਓ ਜੀ ਹੁਣ ਆਪਾਂ ਟ੍ਰੇ ਦੇ ਵਿੱਚ ਕੱਢ ਲਵਾਂਗੇ। ਲਓ ਜੀ ਤੁਸੀਂ ਦੇਖ ਸਕਦੇ ਹਾਂ ਬੇਸਣ ਨੂੰ ਆਪਾਂ ਟ੍ਰੇ ਦੇ ਵਿੱਚ ਕੱਢ ਲਿਆ। ਤੁਸੀਂ ਦੇਖੋ ਜੀ ਆਪਣੇ ਬੇਸਣ ਦਾ ਕਲਰ ਦੇਖੋ ਅਤੇ ਤੁਹਾਨੂੰ ਦੁਕਾਨ ਤੋਂ ਲਿਆ ਕੇ ਬੇਸਣ ਖਾਣ ਦੀ ਲੋੜ ਨਹੀਂ ਹੈਗੀ। ਆਪਾਂ ਠੰਡਾ ਹੋਣ ਲਈ ਇਹਨੂੰ ਰੱਖ ਦੇਵਾਂਗੇ ਅਤੇ ਫਿਰ ਆਪਾਂ ਘੰਟੇ ਕੁ ਤੱਕ ਇਹਨੇ ਠੰਡਾ ਹੋ ਜਾਣਾ ਜੀ। ਅਤੇ ਘੰਟੇ ਬਾਅਦ ਆਪਾਂ ਇਹਦੇ ਪੀਸ ਕੱਟਾਂਗੇ ਸਲਾਈਸਿਸ ਕੱਟਾਂਗੇ ਇਹਦੀਆਂ ਤੁਹਾਡੇ ਨਾਲ ਕਰਾਂਗੇ ਵੀਡੀਓ ਸ਼ੇਅਰ। ਹਾਂਜੀ ਲਓ ਜੀ ਤੁਸੀਂ ਦੇਖ ਸਕਦੇ ਹਾਂ 2 ਘੰਟੇ ਹੋ ਗਿਆ ਜੀ। 2 ਘੰਟਿਆਂ ਦੇ ਬਾਅਦ ਵਿੱਚ ਆਪਣਾ ਬੇਸਣ ਤੁਸੀਂ ਦੇਖੋ ਕਿੰਨਾ ਵਧੀਆ ਆਪਣੇ ਕੱਟਣ ਲਈ ਰੈਡੀ ਹੋ ਗਿਆ ਜੀ, ਪੂਰਾ ਡਰਾਈ ਹੋ ਚੁੱਕਾ। ਆ ਜਾਓ ਫਿਰ ਇਹਦੇ ਆਪਾਂ ਕੱਟਦੇ ਹਾਂ ਸਲਾਈਸ। ਕਿਉਂਕਿ ਆਪਾਂ ਸ਼ੋਪ ਤੋਂ ਜਦੋਂ ਬੇਸਣ ਲਿਆਉਂਦੇ ਹਾਂ ਉਹ ਰਿਫਾਈਂਡ ਆਇਲ ਜਾਂ ਡਾਲਡਾ ਘੇ ਵਗੈਰਾ ਯੂਜ਼ ਕਰਦੇ ਹਾਂ ਅਤੇ ਆਪਾਂ ਤੁਸੀਂ ਦੇਖ ਸਕਦੇ ਹਾਂ ਦੇਸੀ ਘਿਓ ਦੇ ਵਿੱਚ ਬਣਾਇਆ ਕਿਉਂਕਿ ਆਪਾਂ ਤਾਂ ਆਪ ਘਰ ਖਾਣਾ ਜੀ ਇਹ, ਆਪਾਂ ਕਿਹੜਾ ਵੇਚਣਾ ਦੁਕਾਨਾਂ ਦੇ ਉੱਪਰ। ਲਓ ਜੀ ਤੁਸੀਂ ਦੇਖ ਸਕਦੇ ਹਾਂ ਆਪਣੇ ਸਲਾਈਸਿਸ ਸਾਰੇ ਕੱਟੇ ਗਏ ਆ। ਕੋਰਨਰ ਵਾਲਾ ਪੀਸ ਸ਼ਾਇਦ ਜ਼ਰੂਰ ਆਪਣਾ ਖਰਾਬ ਹੋਊਗਾ ਪਹਿਲਾ ਪੀਸ ਆ ਕਰਕੇ ਬਾਹਰ ਕੱਢਣ ਵਾਸਤੇ। ਲਓ ਜੀ ਇੱਕ ਪੀਸ ਹਾਲੇ ਆਪਾਂ ਬਾਹਰ ਕੱਢਿਆ ਤੁਸੀਂ ਦੇਖ ਸਕਦੇ ਹਾਂ ਅਤੇ ਆਪਾਂ ਦੂਜੇ ਵੀ ਪੀਸ ਬਾਹਰ ਕੱਢਦੇ ਹਾਂ। ਹਾਂਜੀ ਲਓ ਜੀ ਤੁਸੀਂ ਦੇਖੋ ਆਪਣੇ ਸਲਾਈਸ। ਲਓ ਜੀ ਦੇਖੋ ਵਾਹ, ਇੱਧਰ ਆਪਾਂ ਹੌਲੀ ਹੌਲੀ ਇਹਨੂੰ ਕਰਦੇ ਪਏ ਹਾਂ ਜੀ ਸਟੈਕ ਪਲੇਟ ਦੇ ਵਿੱਚ। ਮਹਾਰਾਜ ਦੀ ਕਿਰਪਾ ਦੇ ਨਾਲ ਬੇਸਣ ਤਾਂ ਕੀ ਕਹਿੰਦੇ ਹੁੰਦੇ ਆ ਜੀ, ਬਹੁਤ ਹੀ ਵਧੀਆ ਬਣਿਆ ਜੀ, ਬਹੁਤ ਵਧੀਆ ਬਣਿਆ। ਪੂਰਾ ਆਪਾਂ ਹਲਵਾਈਆਂ ਵਾਂਗੂ ਇਹਨੂੰ ਸਟੈਕ ਕਰਾਂਗੇ। ਹਾਂਜੀ ਲਓ ਜੀ ਤੁਸੀਂ ਦੇਖ ਸਕਦੇ ਹਾਂ ਆਪਾਂ ਸਰਵ ਕਰਨ ਲਈ ਵੀ ਸਟੈਕ ਕਰ ਲਿਆ ਬੇਸਣ ਨੂੰ ਅਤੇ ਇੱਧਰ ਆਪਣੇ ਟ੍ਰੇ ਦੇ ਵਿੱਚ ਵੀ ਬੇਸਣ ਰੈਡੀ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਅਤੇ ਜੇ ਅੱਜ ਦੀ ਆਪਣੀ ਇਹ ਬੇਸਣ ਦੀ ਬਰਫੀ ਦੀ ਰੈਸਪੀ ਅਤੇ ਜਾਂ ਆਪਾਂ ਕਹਿ ਸਕਦੇ ਹਾਂ ਬੇਸਣ ਦੀ ਰੈਸਪੀ ਤੁਹਾਨੂੰ ਵਧੀਆ ਲੱਗੀ ਹੈ ਜੀ, ਅੱਜ ਦੀ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਸਾਰਿਆਂ ਨਾਲ ਅਤੇ ਥੈਂਕ ਯੂ ਜਿੱਦਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ, ਤੁਸੀਂ ਆਪਣੀਆਂ ਪਹਿਲੀਆਂ ਵੀਡੀਓ ਨੂੰ ਇੰਨਾ ਲਾਈਕ ਕੀਤਾ ਅਤੇ ਕਰ ਰਹੇ ਹੋ ਅਤੇ ਕਮੈਂਟ ਕਰਕੇ ਦੱਸ ਰਹੇ ਹੋ, ਤੁਹਾਡਾ ਬਹੁਤ ਬਹੁਤ ਥੈਂਕ ਯੂ ਹੈ ਜੀ। ਅਤੇ ਬਸ ਆਪਾਂ ਫਿਊਚਰ ਦੇ ਵਿੱਚ ਇੱਦਾਂ ਹੀ ਤੁਹਾਡੇ ਨਾਲ ਵਧੀਆ ਵਧੀਆ ਵੀਡੀਓ ਅਤੇ ਵਲੌਗ ਆਪਾਂ ਲੈ ਕੇ ਆਉਂਦੇ ਰਹਾਂਗੇ। ਤੁਸੀਂ ਇਸ ਤਰ੍ਹਾਂ ਲਾਈਕ ਅਤੇ ਸ਼ੇਅਰ ਕਰਦੇ ਰਹੋ ਅਤੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਸਾਰੇ ਜਣੇ ਜੀ। ਅਤੇ ਮਿਲਦੇ ਹਾਂ ਜੀ ਫਿਰ ਇੱਕ ਆਪਾਂ ਨਵੀਂ ਵੀਡੀਓ 'ਚ ਨਵੀਂ ਰੈਸਪੀ ਦੇ ਨਾਲ। ਉਦੋਂ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਰੱਬ ਰਾਖਾ, ਧੰਨਵਾਦ, ਜਿਉਂਦੇ ਰਹੋ।